ਦਿੱਲੀ ਦੇ ਮੁਕਰਜੀ ਨਗਰ ਵਿੱਚ ਸ਼ਰਿਆਮ ਸਿੱਖ ਟੈਂਪੂ ਡਰਾਈਵਰ ਸਰਬਜੀਤ ਸਿੰਘ ਅਤੇ ਉਸਦੇ ਨਾਬਾਲਗ ਪੁੱਤਰ ਤੇ ਦਿੱਲੀ ਪੁਲਿਸ ਵੱਲੋਂ ਟਾਇ ਤਸ਼ੱਦਦ ਨੇ ਇਨਸਾਫ਼ਪਸੰਦ ਲੋਕਾਂ ਨੂੰ ਇਸ ਬੇਇਨਸਾਫ਼ੀ ਖਿਲਾਫ਼ ਇੱਕਸਰ ਹੋਣ ਲਈ ਪ੍ਰੇਰਿਆ ਅਤੇ ਕੱਟਗਿੰਦੀ ਪਾਈਚਾਰੇ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਵਧੇਕੀ ਦੇ ਟਾਕਰੇ ਲਈ ਇਕਜੁੱਟ ਹੋਣ ਦਾ ਤਹैया ਲਿਆ ਗਿਆ। ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਾਨਫਰੰਸ ਹਾਲ ਵਿੱਚ ਹੋਈ ਇਕੱਤਰਤਾ ਮੌਕੇ ਸਿੱਖ, ਮੁਸਲਮਾਨ ਤੇ ਈਸਾਈ ਪਾਈਚਾਰੇ ਨਾਲ ਸੰਬੰਧਿਤ ਮਨੁੱਖੀ ਹੱਕਾਂ ਨੂੰ ਪਰਨਾਈਆਂ ਹੋਈਆਂ ਸਖਸ਼ੀਅਤਾਂ ਨੇ ਇੱਕ ਛੱਤ ਹੇਠ ਇਕੱਠੇ ਹੋ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਇੱਕ ਜੁਰਤਾ ਦਾ ਸੁਨੇਹਾ ਦਿੱਤਾ। ਇਸ ਦੌਰਾਨ 100 ਵਿੱਚ ਆਵਾਜ਼ ਬੁਲੰਦ ਹੋਈ ਹੈ ਕਿ ਸਰਬਜੀਤ ਸਿੰਘ ਤੇ ਪੁਲਿਸ ਵੱਲੋਂ ਕੀਤਾ ਗਿਆ ਹਮਲਾ ਅਸਲ ਵਿੱਚ ਮੁਲਕ ਵਿੱਚ ਕੱਟਗਿੰਦੀ ਪਾਈਚਾਰੇ ਖਿਲਾਫ ਦੀ ਕੜੀ ਹੈ ਜਿਸ ਵਿਰੁੱਧ ਲਾਮਬੰਦ ਹੋ ਕੇ ਡਟਣਾ ਵਕਤ ਦੀ ਲੋੜ ਹੈ ਕਰੀਬ 3.5 ਘੰਟੇ ਚੱਲੀ ਇਸ ਮੀਟਿੰਗ ਵਿੱਚ ਤਿੰਨ ਅਹਿਮ ਮਤੇ ਸਰਬਸੰਤੀ ਨਾਲ ਪਾਸ ਹੋਏ ਨੇ ਪਹਿਲੇ ਮਤੇ ਤਹਿਤ ਗੈਰ ਸਿਆਸੀ ਜਥੇਬੰਦੀਆਂ ਵਕੀਲਾ ਮਨੁੱਖੀ ਅਧਿਕਾਰ ਕਾਰਕੁਨਾਂ ਤੇ ਸਾਰੇ ਧਰਮਾਂ ਦੇ ਨੁਮਾਇੰਦਿਆਂ ਦੀ ਦੇਸ਼ ਪੱਧਰ ਤੇ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾਈ ਜਾਵੇਗੀ ਜੋ ਆਮ ਨਾਗਰਿਕਾਂ ਤੇ ਪੁਲਿਸ ਦੇ ਤਸ਼ੱਦਦ ਦੇ ਮਾਮਲਿਆਂ ਨਾਲ ਨਜਿੱਠੇਗੀ ਇਸ ਦੇ ਨਾਲ ਹੀ ਮੋਹੱਲਾ ਪੱਧਰ ਤੇ ਕਮੇਟੀ ਬਣਾਉਣ ਤੇ ਵੀ ਚਰਚਾ ਹੋਈ ਹੈ ਦੂਜੇ ਮਤੇ ਤਹਿਤ ਜੁਆਇੰਟ ਐਕਸ਼ਨ ਕਮੇਟੀ ਮੀਟਿੰਗ ਕਰਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਘੱਟ ਗਿਣਤੀ ਤੇ ਦਲਿਤ ਭਾਈਚਾਰੇ ਉੱਪਰ ਅਤਿਆਚਾਰ ਖਿਲਾਫ ਸ਼ਾਂਤਮਈ ਰੋਸ ਮੁਜ਼ਾਹਰੇ ਦੀ ਤਾਰੀਖ ਤੈਅ ਕਰੇਗੀ ਇਸ ਦੇ ਨਾਲ ਹੀ ਸਿੱਖ ਨੁਮਾਇੰਦਿਆਂ ਵੱਲੋਂ ਇੱਕ ਐਮਸੀ ਨੂੰ ਸਿੱਖਿਆ ਮੈਡੀਕਲ ਸਹੂਲਤਾਂ ਸਮੇਤ ਧਾਰਮਿਕ ਤੇ ਪੰਥਕ ਮਸਲਿਆਂ ਤੇ ਸਲਾਹ ਮਸ਼ਵਰਾ ਦੇਵੇਗੀ ਸਰਦਾਰ ਹਰਮਿੰਦਰ ਸਿੰਘ ਅਲੂਵਾਲੀਆ ਨੇ ਮਤਾ ਪਾਸ ਕਰਦਿਆਂ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਸਰਕਾਰ ਤੇ ਦਬਾਅ ਬਣਾਉਂਦੇ ਤਾਂ ਅੱਜ ਦੋਸ਼ੀ ਪੁਲਿਸਾਂ ਤੇ ਲੋੜੀਆਂ ਦੀਆਂ ਤਰਾਮਾਂ ਲਾ ਦਿੱਤੀਆਂ ਜਾਂਦੀਆਂ ਪਰ ਇਹਨਾਂ ਦੇ ਨਿਕੰਮੇਪਨ ਕਰਕੇ ਹੀ ਹੁਣ ਸਿੱਖ ਸੰਗਤ ਐਡਵਾਈਜ਼ਰੀ ਫੋਰਮ ਬਣਾ ਕੇ ਪੰਥਕ ਮਸਲਿਆਂ ਤੇ ਦਿੱਲੀ ਕਮੇਟੀ ਨੂੰ ਸਲਾਹ ਦੇਣ ਤੇ ਦਬਾਅ ਬਣਾਏਗਾ ਸੁਪਰੀਮ ਕੋਰਟ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਲੋੜ ਹੈ ਕਿ ਪਾਰਲੀਮੈਂਟ ਵਿੱਚ ਸਰਬਜੀਤ ਤੇ ਤਸ਼ੱਦਦ ਦੇ ਮਾਮਲੇ ਵਿੱਚ ਸਰਕਾਰ ਜਵਾਬਦੇਹਤੋਂ دیکھیے یہ کسی کا وہ نہیں کہ مسلمان کا مرڈر ہوا یا جو ہے سکھ کا مڈر ہوا یا عیسائی کا یا دلت کا نہیں بلکہ ایک انسانیت کا قتل ہو رہا ہے اگر ایک انسان کا قتل تو پوری انسانیت کا قتل ہے میں یہی پہ دعوت دوں گا کہ تمام کو ہمیں متحد ہونا ہے اور اس کو جو ہے ہر کوئی یہ سمجھے کہ یہ ہمارا میرا اپنا مسئلہ ہے ਜਮਾਤੇ ਉਲੇਮਾ ਜਥੇਬੰਦੀ ਦੇ ਨੁਮਾਇੰਦੇ ਜਨਾਬ ਮੁਫਤੀ ਮੁਹੰਮਦ ਤਾਹਿਰ ਹੁਸੈਨ ਮਜਾਹਰੀ ਨੇ ਅਜਿਹੇ ਹਮਲਿਆਂ ਦੇ ਟਾਕਰੇ ਲਈ ਸਿੱਖਾਂ ਮੁਸਲਮਾਨਾਂ ਦਲਿਤਾਂ ਤੇ ਹੋਰ ਘੱਟ ਗਿਣਤੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਇਹ ਮੁਠੀ ਭਰ ਲੋਕ ਹੈ ਇਹ ਇਹ ਵੀ ਹਮ ਨਿਵੇਦਨ ਕਰਦੇ ਇਹ ਪੂਰੀ ਦਿੱਲੀ ਪੁਲਿਸ ਨਹੀਂ ਹੈ ਦਿੱਲੀ ਪੁਲਿਸ ਤੋਂ ਜੋ ਹੈ ਬੜੀ ਸਫਿਸਟਿਕੇਟਿਡ ਹੈ ਸੰਵੇਦਨਾਏ ਵੀ ਹੈ ਉਸਮੇ ਸੇਵਾ ਵੀ ਹੈ ਉਸਕੇ ਅੰਦਰ ਲੇਕਿਨ ਉਹ ਮੁਠੀ ਭਰ ਲੋਕ ਪੂਰੇ ਕੇ ਪੂਰੇ ਵਿਭਾਗ ਕੋ ਕਲੰਕਿਤ ਕਰ ਰਹੇ ਹਨ एक मछली जिस तरह से पूरे तालाब को गंदा करती है उस तरह से जो है ये मुट्ठी भर लोग जो सिर्फ जो सिर्फ जिनका मकसद है कि यहां आना और पैसा कमाना दिल्ली से पैसा कमा करके ले जाना और अपने गांव गोहांड के अंदर अपनी मूछे ऊपर करना ਗਰੀਬ ਜਨ ਸੇਵਾ ਸਮਤੀ ਦੇ ਨੁਮਾਇੰਦੇ ਕੇਸੀ ਰਵੀ ਮੁਤਾਬਕ ਪੂਰੀ ਦਿੱਲੀ ਪੁਲਿਸ ਦੋਸ਼ੀ ਨਹੀਂ ਪਰ ਦੋਸ਼ੀ ਪੁਰਸ ਵਾਲੇ ਖਿਲਾਫ ਕਾਰਵਾਈ ਹੋਣੀ ਜ਼ਰੂਰੀ ਹੈ ਐਡਵੋਕੇਟ ਡੀ ਐਸ ਬਿੰਦਰਾ ਨੇ ਦਿੱਲੀ ਕਮੇਟੀ ਤੇ ਮੁਖਰਜੀ ਨਗਰ ਥਾਣੇ ਦੇ ਬਾਹਰ ਲਾਇ ਸਿੱਖ ਮੋਰਚੇ ਨੂੰ ਤਾਰਪਿਡੋ ਕਰਨ ਦਾ ਇਲਜ਼ਾਮ ਲਾਇਆ ਹੈ ਇਸ ਇਕੱਤਰਤਾ ਵਿੱਚ ਹਰਮਿੰਦਰ ਸਿੰਘ ਹਲੂਵਾਲੀਆ ਐਡਵੋਕੇਟ ਡੀ ਐਸ ਬਿੰਦਰਾ ਮਨਜੀਤ ਸਿੰਘ ਚੁਗ ਯੂਨਾਈਟਿਡ ਸਿੱਖ ਦੇ ਡਾਇਰੈਕਟਰ ਪ੍ਰੀਤਮ ਸਿੰਘ ਆਰਮੇਸ਼ ਸਿੰਘ ਖਾਨਪੁਰੀ ਜੁਝਾਰ ਸਿੰਘ ਅਕਾਲਪੁਰ ਕੀ ਫੌਜ ਅਕਾਲਪੁਰ ਕੀ ਫੌਜ ਦੇ ਮਨਜੀਤ ਸਿੰਘ ਮਾਨਵ ਸੇਵਾ ਸੰਗਠਨ ਦੇ ਕੇਸੀ ਰਵੀ ਸੁਪਰੀਮ ਕੋਰਟ ਦੇ ਐਡਵ ਆਰ ਡਬਲਯੂ ਏ ਫੈਡਰੇਸ਼ਨ ਆਫ ਦਿੱਲੀ ਦੇ ਮੁਖੀ ਡਾਕਟਰ ਰਿਜਵਾਨ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਦੇ ਮੁਫਤੀ ਮੁਹੰਮਦ ਤਾਹਿਰ ਹੁਸੈਨ ਬਹੁਜਨ ਕਮਿਊਨਿਸਟ ਦੇ ਹਿੰਮਤ ਸਿੰਘ ਯੂਨਾਈਟਿਡ ਸਿੱਖ ਮਿਸ਼ਨ ਦੇ ਸ਼ਵਿੰਦਰ ਸਿੰਘ ਬੇਦੀ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਤਰਵਿੰਦਰ ਕੌਰ ਖਾਲਸਾ ਸਮੇਤ ਤਮਾਮ ਹਸਤੀਆਂ ਮੌਜੂਦ ਰਹੀਆਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂ ਐਸ ਏ ਦੀ ਪੀ ਆਰ ਵਾਸਤੇ ਇੱਕ ਲੀਗਲ ਤਰੀਕਾ ਅਵੇਲੇਬਲ ਹੈ ਸਕਾਲਰਸ਼ਿਪਸ ਅਵੇਲੇਬਲ ਨੇ ਸਟੂਡੈਂਟ ਲੋਨਸ ਅਵੇਲੇਬਲ ਨੇ ਐਜੂਕੇਸ਼ਨ ਦੇ ਪਾਥਵੇਜ਼ ਅਵੇਲੇਬਲ ਨੇ ਰਾਈਟ এডਿਕੇਸ਼ਨ ਦੇ ਨਾਲ ਇਨ ਮੁਲਕਾਂ ਇਚ ਸਹੀ ਤਰੀਕੇ ਨਾਲ ਸੈਟਲ ਹੋਣਾ ਬਹੁਤ ਆਸਾਨ ਹੈ ਪੀ ਆਰ ਵੀ ਕੋਈ ਔਖੀ ਨਹੀਂ ਜੇ ਠੀਕ ਕੋਰਸ ਚੁਣਿਆ ਹੋਵੇ ਠੀਕ ਕੋਰਸ ਚੁਣਿਆ ਹੋਵੇ ਠੀਕ ਨੌਕ ਚੁਣਿਆ ਹੋਵੇ ਔਰ ਬਹੁਤ ਥੋੜੇ ਪੈਸਿਆਂ ਦੀ ਇਨਵੈਸਟਮੈਂਟ ਤੇ ਵੀ ਅਨਟਰਪ੍ਰੈਨਰ ਵੀਜ਼ਾ ਇਨਵੈਸਟਮੈਂਟ ਪ੍ਰੋਗਰਾਮਸ ਵਿੱਚ ਤੁਸੀਂ ਆਸਟ੍ਰੇਲੀਆ ਔਰ ਕੈਨੇਡਾ ਔਰ ਇਵਨ ਯੂਕੇ ਦੇ ਅੰਦਰ ਬਹੁਤ ਸਹੀ ਤਰੀਕੇ ਨਾਲ ਸੈਟਲ ਹੋ ਸਕਦੇ ਹੋ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ